ਪਿੰਡ ਕਿੰਗਰੇ ਜੁਆਲਾ ਦਾ ਸਰਪੰਚ ਸੁਖਿੰਦਰ ਸਿੰਘ, ਜ਼ਿਲ੍ਹਾ ਜਲੰਧਰ। ਮੈਂ ਪਿੰਡ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਇਸ ਲਾਇਕ ਸਮਝਿਆ, ਸਰਪੰਚੀ ਦੀ ਚੋਣ 'ਚ ਨੂੰ ਜਿਤਾਇਆ। ਅਤੇ ਮੈਂ ਪਿੰਡ ਦਾ ਬਹੁਤ ਵਿਕਾਸ ਕੀਤਾ ਹੈ ਔਰ ਅਗਾਂਹ ਵੀ ਆਸ ਕਰਦਾ ਹਾਂ ਕਿ ਜੇਕਰ ਸਰਕਾਰ ਇਸੇ ਤਰ੍ਹਾਂ ਗ੍ਰਾਂਟਾਂ ਦਿੰਦੀ ਰਹੇ, ਕਿਉਂਕਿ ਹਜੇ ਤੱਕ ਇੱਕ ਸਾਲ ਹੋ ਗਿਆ ਕੋਈ ਗ੍ਰਾਂਟ ਨਾ ਮਾਤਰ ਹੀ ਆਈਆਂ। ਜੇਕਰ ਪਿੰਡ ਸਰਕਾਰ ਗ੍ਰਾਂਟਾਂ ਦੇਵੇ ਤਾਂ ਪਿੰਡ ਦਾ ਬਹੁਤ ਜ਼ਿਆਦਾ ਵਿਕਾਸ ਹੋ ਸਕਦਾ ਹੈ। ਅਸੀਂ ਪਿੰਡ ਦੇ ਵਿੱਚ ਇੱਕ ਗਰਾਊਂਡ ਨੂੰ ਪਾਰਕ ਦੇ ਤੌਰ 'ਤੇ ਬਣਾਇਆ, ਬਹੁਤ ਵਧੀਆ ਬਣਾਇਆ ਸੈਰ ਕਰਨ ਵਾਸਤੇ, ਅਤੇ ਲਾਈਟਾਂ ਦਾ ਪ੍ਰਬੰਧ ਕਰਨ ਜਾ ਰਹੇ ਹਾਂ ਜਲਦ ਜਲਦ। ਹੋਰ ਅਸੀਂ ਪਿੰਡ ਦੇ ਵਿੱਚ ਗਲੀਆਂ ਨਾਲੀਆਂ ਦੀ ਪੂਰੀ ਰਿਪੇਅਰ ਜਿੱਥੇ ਹੋਣ ਵਾਲੀ ਉੱਥੇ ਰਿਪੇਅਰ ਕਰ ਰਹੇ ਹਾਂ। ਜੋ ਗਲੀਆਂ ਬਣਨ ਵਾਲੀਆਂ ਅਸੀਂ ਬਣਾਈਆਂ ਹਨ, ਕੁਝ ਰਹਿੰਦੀਆਂ ਹਨ ਉਹ ਵੀ ਜਲਦ ਤੋਂ ਜਲਦ ਬਣਾਈ ਜਾਣਗੀਆਂ। ਨਾਲੀਆਂ ਜਿਹੜੀਆਂ ਰਹਿੰਦੀਆਂ ਹਨ ਅਤੇ ਉਹ ਵੀ ਜਲਦ ਤੋਂ ਜਲਦ ਬਣਾਈਆਂ ਜਾਣਗੀਆਂ। ਪਿੰਡ ਦੇ ਦੋ ਐਸੀ ਸ਼ਮਸ਼ਾਨ ਘਾਟ ਹਨ ਜਿਨ੍ਹਾਂ ਦੀ ਬਹੁਤ ਹੀ ਖਸਤਾ ਹਾਲਤ ਹੈ। ਸਰਕਾਰ ਤੋਂ ਅਸੀਂ ਮੰਗ ਕਰਦੇ ਹਾਂ ਕਿ ਜਲਦ ਤੋਂ ਜਲਦ ਉਹ ਕੋਈ ਗ੍ਰਾਂਟ ਦਿੱਤੀ ਜਾਵੇ ਅਤੇ ਉਹਨਾਂ ਨੂੰ ਵੀ ਸੁਧਾਰ ਕੀਤਾ ਜਾਵੇ। ਬਾਕੀ ਪਿੰਡ ਦੇ ਵਿੱਚ ਲਾਈਟਾਂ ਬਿਲਕੁਲ ਵੀ ਨਹੀਂ ਹਨ, ਉਹਨਾਂ ਦਾ ਵੀ ਸਰਕਾਰ ਤੋਂ ਮੰਗ ਚੁੱਕੀ ਹੈ ਕਿ ਲਾਈਟਾਂ ਵਾਸਤੇ ਕੋਈ ਨਾ ਕੋਈ ਗ੍ਰਾਂਟ ਦਿੱਤੀ ਜਾਵੇ ਜਿਹਦੇ ਨਾਲ ਪਿੰਡ ਦੇ ਵਿੱਚ ਰੋਸ਼ਨੀ ਹੋ ਸਕੇ। ਹੋਰ ਜੋ ਸਾਡੇ ਪਿੰਡ ਵਿੱਚ ਸੀਵਰੇਜ ਪੈਣ ਵਾਲੇ ਰਹਿੰਦੇ ਹਨ, ਉਹਨਾਂ ਦੀ ਵੀ ਅਸੀਂ ਐਲਕੀ ਮੰਗ ਕੀਤੀ ਹੈ ਕਿ ਸਾਨੂੰ ਸੀਵਰੇਜ ਵਾਸਤੇ ਗ੍ਰਾਂਟ ਦਿੱਤੀ ਜਾਵੇ ਜਿਹੜੇ ਉਹ ਸੀਵਰੇਜ ਪਾਏ ਜਾ ਸਕਣ। ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਜੋ ਮਿੱਲਾਂ ਦੇ ਵੱਲ ਬਕਾ ਬਚਦਾ ਹੈ ਜ਼ਿਮੀਂਦਾਰਾਂ ਦਾ, ਉਹ ਜ਼ਿਮੀਂਦਾਰਾਂ ਨੂੰ ਜਲਦ ਤੋਂ ਜਲਦ ਦਿੱਤਾ ਜਾਵੇ। ਜੋ ਖੁਦਕੁਸ਼ੀਆਂ ਹੋ ਰਹੀਆਂ ਹਨ ਜਾਂ ਕਿਸੇ ਕਾਰਨ ਹੋ ਰਿਹਾ ਆ, ਉਹ ਸਿਰਫ ਪੇਮੈਂਟ ਨਾ ਆਉਣ ਕਰਕੇ ਹੋ ਰਿਹਾ ਸਭ ਕੁਛ। ਜੇਕਰ ਪੇਮੈਂਟਾਂ ਟਾਈਮ ਸਿਰ ਕਿੰਨੀਆਂ ਦਿੱਤੀਆਂ ਜਾਣ, ਇੱਦਾਂ ਦੀ ਕੋਈ ਵੀ ਹਾਲਾਤ ਨਹੀਂ ਗਏ ਕਿ ਜ਼ਿਮੀਂਦਾਰ ਜਿਹੜਾ ਉਹ ਬਲਕ ਦਿਨ ਪਰ ਦਿਨ ਦੌੜ ਜਾਵੇ। ਗੰਨੇ ਦੀ ਪੇਮੈਂਟ ਨਾ ਆਉਣ ਕਰਕੇ ਸਾਰਾ ਬਲਕਿ ਇਹ ਮਸਲਾ ਖੜ੍ਹਾ ਹੋ ਰਿਹਾ ਆ। ਅਤੇ ਗੰਨੇ ਦੀ ਪੇਮੈਂਟ ਤਕਰੀਬਨ ਭੋਗਪੁਰ ਮਿੱਲ ਵਾਲੀ ਪਤਾ ਲੱਗਾ ਸੀ ਬਹੁਤ ਜ਼ਿਆਦਾ ਪੇਮੈਂਟ ਜਿਹੜੀ ਹੈ ਜ਼ਿਮੀਂਦਾਰਾਂ ਦੀ ਸਾਰੀ ਪਿਛਲੇ ਸਾਲ ਦੀ ਰੁਕੀ ਹੋਈ ਹੈ, ਅਤੇ ਸਾਰੀ ਪੇਮੈਂਟ ਜਿਹੜੀ ਆ ਉਹ ਕਲੀਅਰ ਕਰ ਦਿੱਤੀ ਜਾਵੇ। ਦੂਸਰੀ ਗੱਲ ਇਹ ਹੈ ਕਿ ਜੋ ਦਵਾਈਆਂ ਸਰਕਾਰ ਅਲੋਟ ਕਰਦੀ ਆ ਉਹ ਦਵਾਈਆਂ ਜ਼ਿਮੀਂਦਾਰ ਤਿੰਨ ਤਿੰਨ ਵਾਰ ਸਰਕਾਰ ਕਰਦੇ ਹਨ, ਉਹ ਕੋਈ ਅਸਰ ਨਹੀਂ ਕਰ ਰਹੇ। ਜੇਕਰ ਸਰਕਾਰ ਥੋੜ੍ਹਾ ਜਿਹਾ ਵਧੀਆ ਢੰਗ ਨਾਲ ਦੇਖ ਕੇ ਚੈੱਕ ਕਰਵਾ ਕੇ ਦਵਾਈਆਂ ਨੂੰ ਭੇਜੇ ਤਾਂ ਜ਼ਿਮੀਂਦਾਰਾਂ ਨੂੰ ਹੋ ਸਕਦਾ ਕਿ ਇਸਦਾ ਬੈਨੀਫਿਟ ਮਿਲ ਸਕੇ। ਕਿਉਂਕਿ ਜ਼ਿਮੀਂਦਾਰ ਤਿੰਨ ਤਿੰਨ ਚਾਰ ਚਾਰ ਵਾਰ ਮਹਿੰਗੇ ਮੁੱਲ ਦੀਆਂ ਦਵਾਈਆਂ ਲੈ ਕੇ ਛਿੜਕਾਅ ਕਰਦੇ ਹਨ ਪਰ ਉਹਦਾ ਕੋਈ ਬੈਨੀਫਿਟ ਜ਼ਿਮੀਂਦਾਰ ਨੂੰ ਨਹੀਂ ਮਿਲਦਾ। ਫਸਲਾਂ ਦਾ ਨੁਕਸਾਨ ਹੁੰਦਾ, ਫਸਲ ਉਹ ਝਾੜ ਨਹੀਂ ਦਿੰਦੀਆਂ ਔਰ ਜ਼ਿਮੀਂਦਾਰ ਜ਼ਿਆਦਾ ਨੁਕਸਾਨ ਆਪਣਾ ਇੰਨਾ ਭਰਵਾਈ ਨਹੀਂ ਕਰ ਸਕਦਾ ਕਿ ਤਿੰਨ ਤਿੰਨ ਵਾਰ ਚਾਰ ਚਾਰ ਵਾਰ ਛਿੜਕਾਅ ਉਹ ਕਰ ਸਕੇ। ਅਸੀਂ ਸਰਕਾਰ ਕੋਲੋਂ ਇਹ ਮੰਗ ਕਰਦੇ ਹਾਂ ਕਿ ਜਿਸ ਤਰ੍ਹਾਂ ਕਣਕ ਔਰ ਝੋਨੇ ਦਾ ਰੇਟ ਫਿਕਸ ਹੈ, ਉਸੇ ਤਰ੍ਹਾਂ ਮੱਕੀ ਦਾ, ਬਾਸਮਤੀ ਦਾ, ਆਲੂ ਦਾ ਕੋਈ ਫਿਕਸ ਰੇਟ ਕੀਤਾ ਜਾਵੇ, ਜੋ ਜ਼ਿਮੀਂਦਾਰ ਨੂੰ ਇਸ ਚੀਜ਼ ਨੂੰ ਫਾਇਦਾ ਹੋ ਸਕੇ। ਝੋਨਾ ਲੋਕ ਘੱਟ ਤੋਂ ਘੱਟ ਲਾਉਣਾ ਸ਼ੁਰੂ ਕਰਨਗੇ ਅਤੇ ਪਾਣੀ ਜਿਹੜਾ ਆ ਉਹਦਾ ਬਚਾਅ ਹੋ ਸਕਦਾ ਆ। ਜੇਕਰ ਇਸੇ ਤਰ੍ਹਾਂ ਹੀ ਰਿਹਾ ਤਾਂ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਨੀਵਾਂ ਜਾ ਰਿਹਾ ਆ, ਕੁਝ ਸਮੇਂ ਬਾਅਦ ਇਹ ਰੇਗਿਸਤਾਨ ਬਣਨ ਦੀ ਸੰਭਾਵਨਾ ਹੈ ਜਿਸ ਹਿਸਾਬ ਨਾਲ ਪਾਣੀ ਨੀਵਾਂ ਜਾ ਰਿਹਾ ਦੇ ਪੱਧਰ।